ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਜ਼ ਆਫ ਪਾਕਿਸਤਾਨ, ਪੰਜਾਬ ਵਿੱਚ ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ, ਤਮਾਮ ਪੇਜਿਸ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਔਰ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਗੁਰੂ ਨਾਨਕ ਖਾਲਸਾ ਹਾਈ ਸਕੂਲ ਨਨਕਾਣਾ ਸਾਹਿਬ। ਬਹੁਤ ਲੋਕਾਂ ਦੀਆਂ ਯਾਦਾਂ ਜਿਹੜੀਆਂ ਨੇ ਇਸ ਸਕੂਲ ਦੇ ਨਾਲ ਜੁੜੀਆਂ ਹੋਣਗੀਆਂ, ਜਿਨ੍ਹਾਂ ਨੇ ਇੱਥੋਂ ਮੈਟ੍ਰਿਕੁਲੇਸ਼ਨ ਜਾਂ ਮੈਟ੍ਰਿਕ ਕਲਾਸਿਸ ਜਿਹੜੀਆਂ ਨੇ ਉਹ ਪੜ੍ਹੀਆਂ ਨੇ। ਮੈਂ ਅੱਜ ਦਿਖਾ ਰਿਹਾ ਵਾਂ ਫੋਰ ਫਾਦਰਸ ਜਿਹੜੇ ਨੇ, ਆਪਣਾ ਸਰਦਾਰ ਅਜੇ ਸਿੰਘ ਪਾਲ ਪਟਵਾਰੀ ਜੀ ਜਿਹੜੇ ਨੇ, ਉਹਨਾਂ ਦੇ ਦਾਦਾ ਜੀ ਸਰਦਾਰ ਮਹਿੰਦਰ ਸਿੰਘ, ਸਰਦਾਰ ਮਹਿੰਦਰ ਸਿੰਘ ਜਿਹੜੇ ਕਿ ਬੇਟੇ ਸਨ ਸਰਦਾਰ ਕੇਸਰ ਸਿੰਘ ਦੇ, ਉਹਨਾਂ ਦਾ ਸਕੂਲ ਦਿਖਾ ਰਿਹਾ ਵਾਂ, ਜਿਨ੍ਹਾਂ ਨੇ ਪ੍ਰਾਇਮਰੀ ਤਾਂ ਕੀਤੀ ਗੁਰੂ ਨਾਨਕ ਖਾਲਸਾ ਪ੍ਰਾਇਮਰੀ ਸਕੂਲ ਚੱਕ 565 ਤੋਂ, ਔਰ ਉਸ ਤੋਂ ਬਾਅਦ ਉਹ ਮੈਟ੍ਰਿਕ ਕਰਨ ਵਾਸਤੇ ਤਕਰੀਬਨ 12 ਕਿਲੋਮੀਟਰ ਦਾ ਸਫ਼ਰ, 4 ਕੋਹ ਦਾ ਸਫ਼ਰ ਤੈਅ ਕਰਕੇ ਅਤੇ ਇੱਥੇ ਪੜ੍ਹਨ ਲਈ ਆਉਂਦੇ ਸਨ। ਇਹ ਉਹ ਪੁਰਾਣੀ ਬਿਲਡਿੰਗ ਹੈ, ਇਹ ਪੁਰਾਣਾ ਖੂਬਸੂਰਤ ਸਕੂਲ ਹੈ, ਜਿਨਕੇ ਅੱਜ ਵੀ ਗੌਰਮੈਂਟ ਗੁਰੂ ਨਾਨਕ ਹਾਈ ਸਕੂਲ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ। ਉਮੀਦ ਹੈ ਕਿ ਸਰਦਾਰ ਮਹਿੰਦਰ ਸਿੰਘ ਸਾਹਿਬ ਜਿਹੜੇ ਨੇ ਉਹ ਆਪਣਾ ਸਕੂਲ ਜਿਹੜਾ ਦੇਖਣਗੇ ਅਤੇ ਖੁਸ਼ ਹੋਣਗੇ। ਇਹ ਤੁਸੀਂ ਦੇਖੋ, ਇਹ ਪੁਰਾਣੀ ਬਿਲਡਿੰਗ ਹੈ ਸਕੂਲ ਦੀ, ਔਰ ਇਹ ਪੂਰਾ ਉਹੀ ਰੱਖ ਰਖਾਓ, ਉਹੀ ਸਾਰਾ ਕੁਛ ਜਿਹੜਾ ਸਕੂਲ ਦਾ ਅੱਜ ਵੀ ਬਾਕੀ ਹੈ, ਜਿਹੜਾ ਕਿ ਪ੍ਰੀ ਪਾਰਟੀਸ਼ਨ ਸੀ, ਸੇਮ ਉਹੀ ਚੀਜ਼ਾਂ ਜਿਹੜੀਆਂ ਨੇ ਅੱਜ ਵੀ ਉਹਨਾਂ ਨੂੰ ਨੈਚੁਰਲ ਤਰੀਕੇ ਨਾਲ ਜਿਹੜਾ ਪ੍ਰਿਜ਼ਰਵ ਕੀਤਾ ਗਿਆ। ਅੰਦਰ ਹਾਲ ਹੈ, ਔਰ ਉਸ ਤੋਂ ਬਾਅਦ ਇਹ ਸਾਰਾ ਬਰਾਮਦਾ ਹੈ ਮੇਨ। ਅਸਲਾਮ ਅਲੈਕੁਮ ਜੀ, ਮੇਰੇ ਨਾਲ ਨੇ ਉਸਤਾਦ ਇੱਥੇ ਸਕੂਲ ਦੇ, ਅਤੇ ਇਹਨਾਂ ਦੇ ਮੁਤਲਕ ਥੋੜ੍ਹੀ ਜਿਹੀ ਸਕੂਲ ਦੇ ਮੁਤਲਕ ਗੱਲ ਕਰ ਰਹੇ ਹਾਂ। ਅਸਲਾਮ ਅਲੈਕੁਮ ਜੀ। ਸਰ ਜੀ, ਮੇਰੇ ਇੱਕ ਬੜੇ ਅੱਛੇ ਦੋਸਤ ਨੇ, ਉਹ ਹੁੰਦੇ ਨੇ ਇੱਥੇ ਆਸਟ੍ਰੇਲੀਆ ਦੇ ਵਿੱਚ, ਉਹਨਾਂ ਦੇ ਦਾਦਾ ਜੀ ਇੱਥੋਂ 47 ਤੋਂ ਪਹਿਲੇ ਪੜ੍ਹ ਕੇ ਗਏ ਨੇ, ਉਹਨਾਂ ਨੇ ਇੱਥੋਂ ਮੈਟ੍ਰਿਕ ਕੀਤੀ ਹੈ। ਉਹਨਾਂ ਦਾ ਨਾਮ ਸੀ ਸਰਦਾਰ ਮਹਿੰਦਰ ਸਿੰਘ, ਚੱਕ 565 ਕਲੰਦਰਾਂ ਵਾਲਾ ਤੋਂ ਪੜ੍ਹਨ ਲਈ ਆਉਂਦੇ ਸੀ ਇੱਥੇ। ਪ੍ਰਾਇਮਰੀ ਉਹਨਾਂ ਨੇ ਉੱਥੋਂ ਕਲੰਦਰਾਂ ਵਾਲਾ ਤੋਂ ਕੀਤੀ ਸੀ, ਔਰ ਮੈਟ੍ਰਿਕ ਉਹਨਾਂ ਨੇ ਇੱਥੋਂ ਕੀਤੀ, ਔਰ ਲਾਇਲਪੁਰ ਤੋਂ ਉਹਨਾਂ ਨੇ ਐੱਫਏ ਕੀਤਾ ਸੀ। ਅਤੇ ਉਹਨਾਂ ਦੀਆਂ ਯਾਦਾਂ ਮੈਂ ਤਾਜ਼ੀਆਂ ਕਰਨ ਵਾਸਤੇ ਇੱਥੇ ਆਇਆ ਵਾਂ, ਔਰ ਉਹ ਦੇਖਣਾ ਚਾਹੁੰਦੇ ਸਨ ਉਹਨਾਂ ਦੇ ਦਾਦਾ ਜੀ ਕਿ ਆਇਆ ਕਿ ਮੇਰਾ ਸਕੂਲ ਉੱਥੇ ਹੀ ਹੈ, ਉਸੇ ਤਰ੍ਹਾਂ ਹੀ ਹੈ। ਅਤੇ ਮੈਂ ਉਹਨਾਂ ਦਾ ਹਾਰਿਆ ਸੀ ਵੀ ਤੁਹਾਡਾ ਸਕੂਲ ਜਿਹੜਾ ਉੱਥੇ ਦਾ ਉੱਥੇ ਹੀ ਹੈ, ਔਰ ਉਸੇ ਤਰੀਕੇ ਨਾਲ ਬਿਲਕੁਲ ਸੇਮ ਪ੍ਰਿਜ਼ਰਵ। ਕੀ ਨਾ ਇਸਮ ਸ਼ਰੀਫ ਹੈ ਤੁਹਾਡਾ? ਤੁਸੀਂ ਕੀ ਪੜ੍ਹਾ ਰਹੇ ਹੋ ਇੱਥੇ? ਮੈਂ ਜੀ ਟੀਚਰ ਨਹੀਂ, ਮੁਲਾਜ਼ਮ। ਅੱਛਾ, ਤੁਸੀਂ ਸਿਰਫ ਮੁਲਾਜ਼ਮ ਹੋ ਇੱਥੇ ਦੇ, ਠੀਕ ਹੋ ਗਿਆ ਜੀ। ਇਹ ਇੱਥੇ ਦੇ ਮੁਲਾਜ਼ਮ ਨੇ ਔਰ ਸਕੂਲ ਦੀ ਇੰਤਜ਼ਾਮੀਆਂ ਵਿੱਚ ਨੇ, ਅਤੇ ਮੈਂ ਤੁਹਾਡੇ ਨਾਲ ਗੱਲ ਕਰਨਾ ਜ਼ਰਾ, ਮੈਨੂੰ ਸਿਰਫ ਥੋੜ੍ਹਾ ਜਿਹਾ ਕਵਰ ਕਰ ਲਵਾਂ ਸਰ। ਅਤੇ ਮੇਰੇ ਨਾਲ ਲਾਹੌਰ ਤੋਂ ਨੇ ਫੈਜ਼ਾਨ ਅਬਾਸ, ਲਾਹੌਰ ਦਾ ਖੋਜੀ, ਔਰ ਉਹਨਾਂ ਦੇ ਬਾਕੀ ਦੋਸਤ ਨੇ, ਲਾਹੌਰ ਤੋਂ ਰਿਸਰਚ ਟੀਮ ਆਈ ਹੈ, ਇਹਨਾਂ ਨੇ ਵੀ ਇਨਵਾਈਟ ਕੀਤਾ ਕਿ ਵੀ ਐ ਨਨਕਾਣਾ ਸਾਹਿਬਾਨ, ਫੈਜ਼ਾਨ ਅਬਾਸ, ਲਾਹੌਰ ਦਾ ਖੋਜੀ, ਅਹਿਮਦ ਹਸਨ, ਤਮਾਮ ਲੋਕ ਜਿਹੜੇ ਨੇ ਮੇਰੇ ਕਹਿਣ 'ਤੇ ਲਾਹੌਰ ਤੋਂ ਆਏ ਨੇ, ਔਰ ਅਸੀਂ ਸਭ ਇੰਜੋਏ ਕਰ ਰਹੇ ਹਾਂ ਗੁਰੂ ਨਾਨਕ ਖਾਲਸਾ ਹਾਈ ਸਕੂਲ ਨਨਕਾਣਾ ਸਾਹਿਬ। ਇਹ ਮੇਨ ਹਾਲ ਹੈ। ਇਹ ਤੁਸੀਂ ਮਹਿੰਦਰ ਸਿੰਘ ਸਾਹਿਬ, ਜਦੋਂ ਇਹ ਤੁਸੀਂ ਹਾਲ ਦੇਖੋਗੇ ਤਾਂ ਤੁਹਾਡੀਆਂ ਯਾਦਾਂ ਜਿਹੜੀਆਂ ਨੇ ਫਿਰ ਤਾਜ਼ਾ ਹੋ ਗਈਆਂ ਹੋਣਗੀਆਂ। ਤੁਸੀਂ ਆਪਣੀ ਮੈਟ੍ਰਿਕੁਲੇਸ਼ਨ ਜਦੋਂ ਇੱਥੇ ਕੀਤੀ ਹੈ ਤਾਂ ਲਾਜ਼ਮੀ ਗੱਲ ਹੈ ਕਿ ਤੁਹਾਨੂੰ ਆਪਣੇ ਮੈਟ੍ਰਿਕ ਦੇ ਬਹੁਤ ਜ਼ਿਆਦਾ ਸਾਰੇ ਗੋਲਡਨ ਡੇਜ਼ ਜਿਹੜੇ ਨੇ ਉਹ ਯਾਦ ਆਉਣਗੇ। ਇੱਥੇ ਐਗਜ਼ਾਮੀਨੇਸ਼ਨ ਸੈਂਟਰ ਵੀ ਹੈ, ਮੇਨ ਹਾਲ ਵੀ ਹੈ, ਪ੍ਰੇ ਸੈਂਟਰ ਵੀ ਸੀ ਇਹ। ਅਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਤੁਹਾਨੂੰ ਅੱਜ ਤੁਹਾਡਾ ਸਕੂਲ ਦਿਖਾ ਰਿਹਾ ਵਾਂ। ਇਹ ਅੱਗੇ ਮੇਨ ਹੈ, ਮਜ਼ੀਦ ਬਿਲਡਿੰਗਸ ਨੇ ਲੈਫਟ ਔਰ ਰਾਈਟ ਜਿਹੜੀਆਂ ਨੇ, ਕਲਾਸਿਸ ਨੇ, ਤੁਸੀਂ ਆਪਣੀ ਕਲਾਸ ਖੁਦ ਪਹਿਚਾਣ ਲੈਣਾ ਕਿ ਤੁਹਾਡੀ ਕਲਾਸ ਕਿਹੜੀ ਸੀ ਇਹਨਾਂ 'ਚੋਂ। ਮੈਂ ਅੱਜ ਤੁਹਾਨੂੰ ਦਿਖਾ ਰਿਹਾ ਵਾਂ ਗੁਰੂ ਨਾਨਕ ਖਾਲਸਾ ਹਾਈ ਸਕੂਲ ਨਨਕਾਣਾ ਸਾਹਿਬ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਦੇਖਦੇ ਰਹੋ ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ, ਪੰਜਾਬ ਵਿੱਚ ਇਹ ਹੈ ਮੇਰਾ ਪਾਕਿਸਤਾਨ। ਖੋਰੇ ਸੱਚ 47 ਦੇ ਤਮਾਮ ਪੇਜਿਸ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ।
ਯਾਦਾਂ ਹਮੇਸ਼ਾ ਕਦੀ ਕੌੜੀਆਂ ਹੁੰਦੀਆਂ ਨੇ ਅਤੇ ਕਦੀ ਮਿੱਠੀਆਂ ਹੁੰਦੀਆਂ ਨੇ। ਗੁਰੂ ਨਾਨਕ ਖਾਲਸਾ ਹਾਈ ਸਕੂਲ ਨਨਕਾਣਾ ਸਾਹਿਬ ਸਿੱਖ ਆਰਕੀਟੈਕਚਰ ਵਸੀਮ ਅਹਿਮਦ ਖਾਨ ਜਿਹੜੇ ਕਿ ਇਸ ਵੇਲੇ ਪ੍ਰਿੰਸੀਪਲ ਨੇ ਗੁਰੂ ਨਾਨਕ ਖਾਲਸਾ ਹਾਈ ਸਕੂਲ ਇਹ ਪਲੇ ਗਰਾਊਂਡ ਹੈ ਸਾਹਮਣੇ ਅਤੇ ਦੇਖਦੇ ਰਹੋ ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ ਸਿੱਖ ਗੁਰਦੁਆਰਾ ਐਂਡ ਟੈਂਪਲਸ ਆਫ ਪਾਕਿਸਤਾਨ ਪੰਜਾਬ ਪੇਜ ਇਹ ਹੈ ਮੇਰਾ ਪਾਕਿਸਤਾਨ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਹਾਨੂੰ ਦਿਖਾ ਰਿਹਾ ਵਾਂ ਗੁਰੂ ਨਾਨਕ ਖਾਲਸਾ ਹਾਈ ਸਕੂਲ ਨਨਕਾਣਾ ਸਾਹਿਬ